ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਹੁਣ ਤਿਆਰੀਆਂ ਪੂਰੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਨੋਮੀਨੇਸ਼ਨ ਜਿਹੜਾ ਹੈ ਉਹਦੀ ਫਾਈਲ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਲਾਅ ਐਂਡ ਆਰਡਰ ਦੇ ਨਾਲ ਨਾਲ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਅਰੇਂਜਮੈਂਟਸ ਕੀਤੇ ਗਏ ਨੇ ਔਰ ਕਿੰਨੇ ਕੁ ਵੋਟਰਸ ਜਿਹੜੇ ਹੈਗੇ ਹੁਣ ਤੱਕ ਬਣਾਏ ਗਏ ਨੇ, ਇਹ ਸਾਰਾ ਡਾਟਾ ਜਿਹੜਾ ਉਹ SSP ਮੋਹਾਲੀ ਅਤੇ DC ਮੋਹਾਲੀ ਵੱਲੋਂ ਦਿੱਤਾ ਗਿਆ। ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਕਿਉਂਕਿ ਅੱਜ ਤੋਂ ਨੋਮੀਨੇਸ਼ਨ ਫਾਈਲ ਜਿਹੜਾ ਹੈਗਾ ਕੀਤਾ ਗਿਆ, ਤੁਹਾਡੇ ਅਰੇਂਜਮੈਂਟਸ ਵੱਲੋਂ ਤੁਸੀਂ ਜਾਣਕਾਰੀ ਦਿੱਤੀ ਹੈ, ਥੋੜ੍ਹਾ ਬਰੀਫ ਚਾਹਾਂਗੇ ਕਿਸ ਤਰ੍ਹਾਂ ਦੇ ਇਸ ਵਾਰ ਅਰੇਂਜਮੈਂਟਸ, ਕਿਸ ਤਰ੍ਹਾਂ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਇਸ ਹੈਗਾ ਅਰੇਂਜਮੈਂਟ ਕੀਤੇ ਗਏ। ਦੇਖੋ ਜੀ, ਨੋਟੀਫਿਕੇਸ਼ਨ ਤੋਂ ਬਾਅਦ FST ਦੇ ਨਾਲ ਨਾਲ SST ਜਿਹੜੀ ਸਟੈਟਿਕ ਸਰਵੇਲੈਂਸ ਟੀਮ ਹੈ ਉਹ ਵੀ ਫੀਲਡ ਦੇ ਵਿੱਚ ਆ ਜਾਂਦੀ ਹੈ ਔਰ ਹਰ ਤਰ੍ਹਾਂ ਦੇ ਜਿਹੜੇ ਪ੍ਰੀਕੋਸ਼ਨ ਹੈ ਉਹ ਵਧਾ ਦਿੱਤੇ ਜਾਂਦੇ ਹੈ। ਆਫਕੋਰਸ ਲਾਸਟ ਦੇ ਜਿਹੜੇ 72 ਘੰਟੇ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਸਖਤੀ ਹੁੰਦੀ ਹੈ, ਬਟ ਹੁਣ ਤੋਂ ਲੈ ਕੇ ਅਸੀਂ ਸਾਰਾ ਮੋਹਾਲੀ ਪ੍ਰਸ਼ਾਸਨ ਵਚਨਬੱਧ ਹੈ ਕਿ ਇਸ ਇਲੈਕਸ਼ਨ ਨੂੰ ਪੂਰੀ ਤਰ੍ਹਾਂ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਇਆ ਜਾਵੇ ਔਰ ਇਸ ਦੇ ਵਿੱਚ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਡਿਸਟ੍ਰੀਬਿਊਸ਼ਨ ਆਫ ਕੈਸ਼, ਲਿਕਰ, ਡਰੱਗਸ ਜਾਂ ਹੋਰ ਗਿਫਟ ਆਈਟਮਸ, ਅਦਰ ਇਲੀਗਲ ਸਬਸਟੈਂਸਿਸ, ਉਹ ਨਾ ਹੋਣ ਦਿੱਤੀ ਜਾਵੇ। ਤਾਂ ਸਾਡੇ ਸਾਰੇ ਪ੍ਰਬੰਧ ਇਸ ਲਈ ਹੈ ਕਿ ਕੋਈ ਵੀ ਕਿਸੇ ਵੀ ਕੈਂਡੀਡੇਟ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਸਭ ਤੋਂ ਪਹਿਲਾਂ ਤਾਂ ਪ੍ਰੀਵੈਂਟ ਕੀਤੀ ਜਾਵੇ ਔਰ ਜੇ ਕੋਈ ਕਰਦਾ ਹੈ ਤਾਂ ਉਹਦੇ ਉੱਤੇ ਇਮੀਡੀਏਟਲੀ ਕਾਰਵਾਈ ਕੀਤੀ ਜਾ ਸਕੇ। ਕਿਉਂਕਿ ਸਰ, ਜਿੱਦਾਂ ਮੈਮ ਨੇ ਵੀ ਦੱਸਿਆ, ਕਿਉਂਕਿ ਆਪਣਾ ਜਿਹੜਾ ਜ਼ਿਲ੍ਹਾ ਉਹ ਸੈਂਸਿਟਿਵ ਹੈ, ਟ੍ਰਾਈ ਸਿਟੀ ਦਾ ਪਾਰਟ ਹੈ, ਹਰਿਆਣਾ, ਹਿਮਾਚਲ, ਚੰਡੀਗੜ੍ਹ ਨਾਲ ਲੱਗਦਾ ਇੰਟਰਸਟੇਟ ਬਾਰਡਰ, ਕਿਸ ਤਰ੍ਹਾਂ ਦੇ ਅਰੇਂਜਮੈਂਟਸ ਲਾਅ ਐਂਡ ਆਰਡਰ ਖਾਸ ਤੌਰ 'ਤੇ? ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਡਾ ਬੜਾ ਲੰਬਾ ਇੰਟਰਸਟੇਟ ਬਾਰਡਰ ਹੈ ਹਿਮਾਚਲ, ਹਰਿਆਣਾ ਅਤੇ UT ਦੇ ਨਾਲ, ਅਤੇ ਉਹਦੇ ਰਿਗਾਰਡਿੰਗ ਸਾਡੀਆਂ ਬਿਫੋਰ ਇਲੈਕਸ਼ਨ ਕੋਡ ਆਫ ਕੰਡਕਟ ਦੀ ਸਾਡੀ ਇੰਟਰਸਟੇਟ ਕੋਆਰਡੀਨੇਸ਼ਨ ਮੀਟਿੰਗ ਜਿਹੜੀਆਂ ਸੀਗੀਆਂ ਸਟਾਰਟ ਹੋ ਗਈਆਂ ਸੀ ਅਤੇ ਰੈਗੂਲਰ ਇੱਕ ਮੈਕਨਿਜ਼ਮ ਸਾਡਾ ਜਿਹੜਾ ਬਣਿਆ ਹੋਇਆ ਐਕਸਚੇਂਜ ਆਫ ਇਨਫੋਰਮੇਸ਼ਨ ਦਾ। ਤਾਂ ਕੋਈ ਵੀ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਇਮੀਜੀਏਟ ਜਿਹੜੀ ਹੈਗੀ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ। ਈਵਨ ਜਿਹੜੇ ਇੰਟਰਸਟੇਟ ਨਾਕੇ ਹੈਗੇ ਸਾਡੇ, ਉਹ ਵੀ ਕੋਆਰਡੀਨੇਸ਼ਨ ਦੇ ਵਿੱਚ ਆਪਸ ਲਗਾਏ ਹੋਏ ਨੇ ਤਾਂ ਕਿ ਕੋਈ ਜਿਵੇਂ ਇਨਵਰਡ ਮੂਵਮੈਂਟ ਦੇ ਹਿਸਾਬ ਨਾਲ ਅਸੀਂ ਜਿਹੜੇ ਨਾਕੇ ਲਗਾਏ ਹੋਏ ਹੈ। ਤਾਂ ਇਹ 'ਚ ਐਜ਼ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਜਿਹੜੀਆਂ ਹੈਗੀਆਂ ਸਾਡੀਆਂ ਫਲਾਇੰਗ ਸਕੁਆਡ ਟੀਮਸ ਅਤੇ ਸਟੈਟਿਕ ਸਰਵਲੈਂਸ ਟੀਮਸ ਅੱਜ ਤੋਂ ਜਿਹੜੀਆਂ ਸਟੈਟਿਕ ਸਰਵਲੈਂਸ ਟੀਮਸ ਵੀ ਐਕਟਿਵ ਹੋ ਗਈਆਂ ਨੇ ਅਤੇ ਇਸ ਦੇ ਨਾਲ ਨਾਲ ਜਿਹੜੇ ਬਾਕੀ ਅਦਰ ਪੈਰਾਮੀਟਰਸ ਹੈਗੇ, ਨੋਨ ਅਵੇਲੇਬਲ ਵਾਰੰਟਸ ਜਿਹੜੇ ਹੈਗੇ ਸਾਡੇ ਸਾਰੇ ਐਗਜੀਕਿਊਟਿਡ ਅਪ ਟੂ ਡੇਟ ਜਿਹੜੇ ਹੈਗੇ, ਉਸ ਤੋਂ ਇਲਾਵਾ ਵੈਪਨ ਡੈਪੋਜੀਸ਼ਨ ਵੀ ਜਿਹੜੀ ਹੈਗੀ ਉਹ ਵੀ ਅਸੀਂ ਕਰੀਬ 90% ਆਲਰੇਡੀ ਕਰ ਚੁੱਕੇ ਹਾਂ ਅਤੇ ਅਰੈਸਟ ਆਫ POs ਅਤੇ ਅਬਸਕੌਂਡਸ ਵੀ ਜਿਹੜਾ ਸਾਡਾ ਰੈਗੂਲਰਲੀ ਚੱਲਦਾ ਪਿਆ। ਅਤੇ ਸਾਡੇ ਕੋਲ ਫਿਲਹਾਲ ਇੱਕ ਪੈਰਾਮਿਲਟਰੀ ਦੀ ਜਿਹੜੀ ਕੰਪਨੀ ਆਲਰੇਡੀ ਆਈ ਹੋਈ ਹੈ ਜਿਹਨੂੰ ਕਿ ਅਸੀਂ ਰੈਗੂਲਰ ਨਾਕਾਬੰਦੀ ਵਾਸਤੇ ਅਤੇ ਕੌਨਫੀਡੈਂਸ ਬਿਲਡਿੰਗ ਮੈਜਰਸ ਜਿਵੇਂ ਕਿ ਫਲੈਗ ਮਾਰਚਿਸ ਵਗੈਰਾ ਵਾਸਤੇ ਯੂਜ਼ ਕਰੀਦਾ। ਅਤੇ ਹੁਣ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਸਾਡੇ ਕੋਲ ਹੋਰ ਵੀ ਜਿਹੜੀ CAPF ਦੀ CAPF ਪਲੱਸ ਜਿਹੜੀ ਹੈਗੀ ਹੈ, ਸਟੇਟ ਆਰਮਡ ਪੁਲਿਸ ਜਿਹੜੀ ਹੈਗੀ ਉਹ ਵੀ ਆ ਜਾਏਗੀ ਅਤੇ ਜਿਹਨੂੰ ਅਸੀਂ ਰੈਗੂਲਰ ਏਰੀਆ ਡੋਮੀਨੇਸ਼ਨ ਪਲੱਸ ਕੌਨਫੀਡੈਂਸ ਬਿਲਡਿੰਗ ਮੈਜਰਸ ਵਾਸਤੇ ਯੂਜ਼ ਕਰਾਂਗੇ ਅਤੇ ਜਿਸ ਤਰ੍ਹਾਂ ਨਾਲ ਲਾਅ ਐਂਡ ਆਰਡਰ ਜਿਹੜਾ ਉਹ ਵੀ ਮੇਨਟੇਨ ਰਹੇਗਾ ਅਤੇ ਪਲੱਸ ਜਿਹੜਾ ਵੋਟਰ ਹੈ ਵੋਟਰ ਨੂੰ ਦਾ ਕੌਨਫੀਡੈਂਸ ਵੀ ਵਧੇਗਾ। ਅਤੇ ਤੁਹਾਡੇ ਮਾਧਿਅਮ ਨਾਲ ਮੈਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੂੰਗਾ ਕਿ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾਉਣ ਆਓ ਤਾਂ ਕਿ ਆਪਾਂ ਇਹ ਡੈਮੋਕ੍ਰੇਸੀ ਦਾ ਜਿਹੜਾ ਇਹ ਫੈਸਟੀਵਲ ਹੈ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਨਾ ਸਕਦੇ। ਕਿਉਂਕਿ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਕਿਸ ਤਰ੍ਹਾਂ ਦਾ, ਕਿਉਂਕਿ ਸਮਗਲਿੰਗ ਜਿਹੜੇ ਡਰੱਗਸ ਹੈ ਜਾਂ ਫਿਰ ਜਿਹੜੀ ਸ਼ਰਾਬ ਹੈ ਉਹਦੀ ਸਮਗਲਿੰਗ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਕਿਸ ਤਰ੍ਹਾਂ ਦੇ ਪ੍ਰਬੰਧ ਇਸ ਬਾਰੇ ਕੀਤੇ ਗਏ? ਇਹ 'ਚ ਸਾਡੀ ਰੈਗੂਲਰ ਜਿਹੜੀ ਹੈਗੀ ਹੈ ਐਕਸਾਈਜ਼ ਡਿਪਾਰਟਮੈਂਟ ਨਾਲ ਮੀਟਿੰਗਸ ਵੀ ਹੁੰਦੀਆਂ ਅਤੇ ਪਲੱਸ ਸਾਡੀ ਜੁਆਇੰਟ ਟੀਮਸ ਜਿਹੜੀਆਂ ਹੈਗੀਆਂ ਆਲਰੇਡੀ ਬਣੀ ਹੋਈਆਂ। ਅਸੀਂ ADC ਅਤੇ SP ਰੈਂਕ ਦੇ ਆਫਿਸਰਸ ਦੇ ਅੰਡਰ ਸਾਡੀ ਇੱਕ ਜੁਆਇੰਟ ਕਮੇਟੀ ਬਣੀ ਹੋਈ ਹੈ ਇਹਦੇ ਰਿਗਾਰਡਿੰਗ ਅਤੇ ਰੈਗੂਲਰ ਜਿਹੜੀ ਜੁਆਇੰਟ ਰੇਡਸ ਹੁੰਦੀਆਂ ਉਹਦੇ 'ਤੇ ਸਾਡੀ ਅੱਛੀ ਜਿਹੜੀ ਹੈਗੀ ਰਿਕਵਰੀ ਵੀ ਹੈਗੀ ਐਕਸਾਈਜ਼ ਦੀ ਇਹਦੇ ਰਿਗਾਰਡਿੰਗ ਸਾਡੀ ਅੱਛੀ ਹੋ ਰਹੀ ਹੈ। ਅਤੇ ਉਹ ਜਿਸ ਵੀ ਏਰੀਆ ਤੋਂ ਐਕਸਾਈਜ਼ ਆਉਂਦੀ, ਜਿਵੇਂ ਸਾਡੇ ਪਿੱਛੇ ਜੀ ਇੱਕ 53 ਬੋਕਸਿਸ ਆਫ ਲਿਕਰ ਜਿਹੜੇ ਫੜੇ ਸੀਗੇ ਉਹ ਚੰਡੀਗੜ੍ਹ ਤੋਂ ਆਏ ਹੋਏ ਸੀਗੇ ਤਾਂ ਉਹ ਅਸੀਂ ਇਮੀਜੀਏਟਲੀ ਚੰਡੀਗੜ੍ਹ ਨੂੰ ਇਨਫੋਰਮ ਵੀ ਕੀਤਾ ਸੀ ਉਹਦੇ ਰਿਗਾਰਡਿੰਗ ਅਤੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਧਰ ਕੋਪਰੇਸ਼ਨ ਵੀ ਮਿਲ ਰਹੀ ਹੈ ਅਤੇ ਸਾਨੂੰ ਉਮੀਦ ਹੈ ਅਸੀਂ ਐਂਡ ਟੂ ਐਂਡ ਪ੍ਰੋਪਰ ਹਰੇਕ ਕੇਸ ਇਨਵੈਸਟੀਗੇਟ ਕਰਕੇ ਅਤੇ ਜਿਹੜੇ ਵੀ ਬੰਦੇ ਇਲੈਕਸ਼ਨ ਦੇ ਵਿੱਚ ਸ਼ਰਾਬ ਦੀ ਡਿਸਟ੍ਰੀਬਿਊਸ਼ਨ ਕਰਦੇ ਆ ਤਾਂ ਉਹਨਾਂ ਨੂੰ ਅਸੀਂ ਨੱਥ ਪਾਉਣ 'ਚ ਕਾਮਯਾਬ ਹੋਵਾਂਗੇ। ਮੈਮ, ਇੱਕ ਆਖਰੀ ਸਵਾਲ ਹੈ, ਕਿਉਂਕਿ ਹੀਟ ਵੇਵਸ ਦਾ ਵੀ ਜਿਹੜਾ ਖਤਰਾ ਦੱਸਿਆ ਜਾ ਰਿਹਾ, ਕਿਸ ਤਰ੍ਹਾਂ ਜਿਹੜੇ ਵੀ ਤੁਹਾਡੇ ਆਫਿਸਰਸ ਜਾਂ ਇੰਪਲੋਈ ਜਿਹੜੇ ਉੱਥੇ ਡਿਊਟੀ ਲੱਗ ਰਹੇ ਉਹਨਾਂ ਦੇ ਵਾਸਤੇ ਅਰੇਂਜਮੈਂਟਸ ਕੀ?
ਦੇਖੋ ਜੀ, ਹੀਟ ਵੇਵ ਦਾ ਜਿਵੇਂ ਤੁਸੀਂ ਦੱਸਿਆ, ਅਸੀਂ ਬਿਲਕੁਲ ਇਸ ਦੇ ਲਈ ਪ੍ਰਿਪੇਅਰਡ ਹਾਂ ਕਿ ਜੇ ਟੈਂਪਰੇਚਰ ਜ਼ਿਆਦਾ ਹੁੰਦਾ ਤਾਂ ਕਿਵੇਂ ਵੋਟਰ ਲਈ ਵੀ ਤੇ ਪੋਲਿੰਗ ਪਾਰਟੀਜ਼ ਲਈ ਵੀ ਇਸ ਤਰ੍ਹਾਂ ਦੇ ਸੁਵਿਧਾ ਕੀਤੀ ਜਾਵੇ ਕਿ ਪੋਲਿੰਗ ਸਟੇਸ਼ਨ ਤੇ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਤੇ ਸਭ ਤੋਂ ਪਹਿਲਾਂ ਤਾਂ ਸ਼ਾਮੀਆਨੇ ਦਾ ਅਰੇਂਜਮੈਂਟ, ਸ਼ੇਡ ਦਾ, ਤਾਂ ਕਿ ਜੇ ਕਿਸੇ ਨੂੰ ਵੇਟ ਕਰਨੀ ਪੈਂਦੀ ਹੈ ਵੋਟ ਪਾਉਣ ਲਈ ਤਾਂ ਕਿਸੇ ਨੂੰ ਵੀ ਧੁੱਪ ਦੇ ਵਿੱਚ ਖੜੇ ਰਹਿ ਕੇ ਵੋਟ ਦੀ ਵੇਟ ਨਾ ਕਰਨੀ ਪਵੇ। ਉਸ ਦੇ ਨਾਲ ਹੀ ਠੰਡੇ ਪੀਣ ਦੇ ਪਾਣੀ ਦੇ ਪ੍ਰਬੰਧ, ਉੱਥੇ ਕੂਲਰ ਜਾਂ ਏਸੀ ਦੇ ਪ੍ਰਬੰਧ ਜੋ ਵੀ ਬਣ ਸਕੇ ਪਰ ਪੋਲਿੰਗ ਸਟੇਸ਼ਨ ਅਸੀਂ ਕਰ ਰਹੇ ਹਾਂ। ਔਰ ਸਾਰੀ ਪੋਲਿੰਗ ਪਾਰਟੀਜ਼ ਨੂੰ ਬਕਾਇਦਾ ਟ੍ਰੇਨਿੰਗ ਦੇ ਰਹੇ ਹਾਂ ਕਿ ਕਿਵੇਂ ਫਸਟ ਏਡ ਦੇਣੀ ਹੁੰਦੀ ਹੈ, ਕਿਵੇਂ ਪ੍ਰੀਵੈਂਟਿਵ ਮੈਜਰਸ ਲੈਣੇ ਹੁੰਦੇ ਤਾਂ ਕਿ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰੇ। ਠੀਕ ਹੈ, ਤਾਂ ਬਿਲਕੁਲ ਜਿੱਦਾਂ ਡੀਸੀ ਮੋਹਾਲੀ ਵੱਲੋਂ, SSP ਮੋਹਾਲੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਔਰ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਕਿ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੂੰ ਲੈ ਕੇ, ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਪ੍ਰਿਪਰੇਸ਼ਨ ਜਿਹੜੀ ਹੈ ਉਹ ਤਿਆਰੀਆਂ ਕੀਤੀ ਗਈ, ਪੂਰੀ ਲਿਸਟ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ, ਔਰ ਖਾਸ ਤੌਰ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਲਾਅ ਐਂਡ ਆਰਡਰ ਨੂੰ ਲੈ ਕੇ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਤਿਆਰੀਆਂ ਕੀਤੀ ਗਈ ਹੈ, ਔਰ ਇਹਦੇ ਵਿੱਚ ਜਿਹੜੇ ਵੋਟਰਸ ਨੇ, ਪ੍ਰੈਗਨੈਂਟ ਲੇਡੀਜ਼ ਨੇ ਜਾਂ ਫਿਰ ਬਜ਼ੁਰਗ ਨੇ, ਉਹਨਾਂ ਦੇ ਵਾਸਤੇ ਵੀ ਹੋਰ ਚੀਜ਼ਾਂ ਦੀ ਜਿਹੜੀ ਫੈਸਿਲਿਟੀ ਹੈ ਉਹ ਦਿੱਤੀ ਗਈ ਹੈ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।